ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਗੁਰਮੀਤ ਨਿੱਜਰ ਅੱਜ ਅਸੀਂ ਪਹੁੰਚ ਚੁੱਕੇ ਹਾਂ ਸਥਾਨਕ ਹੋਟਲ ਵਿਖੇ ਜਿੱਥੇ ਸੀਆਈਸੀਯੂ ਵੱਲੋਂ ਅੱਜ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਸਨ 19-20 ਬਜਟ ਤੇ ਨਾਲੋ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਆਓ ਲੈ ਚੱਲਦੇ ਹਾਂ ਤੁਹਾਨੂੰ ਵੀ ਉਹਨਾਂ ਉਦਯੋਗਪਤੀਆਂ ਦੀ ਰਾਏ ਜਾਣਨ ਵਾਸਤੇ ਕੀ ਕਹਿਣਾ ਹੈ ਉਹਨਾਂ ਦਾ ਪੇਸ਼ ਹੋਏ ਬਜਟ ਬਾਰੇ ਅੱਜ ਦਾ ਜਿਹੜਾ ਬਜਟ ਹੈ ਜੀ ਪਬਲਿਕ ਦਾ ਬਜਟ ਹੈ ਇਹ ਮਿਡਲ ਕਲਾਸ ਵਾਲੀ ਜਿਹੜੀ ਹੈਗੀ ਕੈਟਾਗਰੀ ਉਹਨੂੰ ਤਾਂ ਬਹੁਤ ਫਾਇਦਾ ਦਿੱਤਾ ਗਿਆ ਇੰਡਸਟਰੀ ਨੂੰ ਹਾਲੇ ਵਿੱਚ ਕੋਈ ਰਾਹਤ ਨਹੀਂ ਮੈਨੂੰ ਲੱਗਦੀ ਜਾਪਦੀ ਵੀ ਦਿੱਤੀ ਗਈ ਹੈ ਕੋਈ ਸਾਈਕਲ ਲਈ ਨਹੀਂ ਰੱਖਿਆ ਗਿਆ ਔਰ MSME ਲਈ ਅਸੀਂ ਸਪੈਸ਼ਲ ਫੰਡ ਚਾਹੁੰਦੇ ਸੀ ਜਿਹੜਾ ਕਿ ਫ੍ਰੀ ਇੰਟਰਸਟ ਲੋਨ ਦਾ ਸੀਗਾ ਉਹ ਵੀ ਨਹੀਂ ਸਾਨੂੰ ਦਿੱਤਾ ਗਿਆ ਔਰ ਅਸੀਂ ਗੌਰਮੈਂਟ ਨੂੰ ਚਾਹੁੰਦੇ ਹਾਂ ਕਹਿੰਦੇ ਹਾਂ ਅਪੀਲ ਕਰਦੇ ਹਾਂ ਕਿ ਇਹ ਬਜਟ 'ਚ MSME ਸੈਕਟਰ ਲਈ ਵੀ ਕੁਛ ਨਾ ਕੁਛ ਪ੍ਰੋਵੀਜ਼ਨ ਰੱਖਿਆ ਜਾਵੇ ਜਿਹੜਾ ਹੁਣ ਤੱਕ ਜੋ ਅਸੀਂ ਬਜਟ ਦੇਖਿਆ ਉਹਦੇ ਜਿਹੜੀ SME ਲਈ 1 ਕਰੋੜ ਤੱਕ ਜਿਹੜਾ ਲੋਨ ਲੈਂਦਾ ਜਿਹੜੀ ਬਹੁਤ ਛੋਟੀ ਇੰਡਸਟਰੀ ਹੈ ਸਾਡੀ ਉਹਨਾਂ ਲਈ 2% ਦਾ ਇੰਟਰਸਟ ਸਬਵੈਂਸ਼ਨ ਦੀ ਸਕੀਮ ਸਰਕਾਰ ਨੇ ਅਨਾਊਂਸ ਕੀਤੀ ਹੈ ਜੋ ਕਿ ਇੱਕ ਚੰਗੀ ਸਕੀਮ ਹੈ ਦੂਜੇ ਪਾਸੇ ਕਿਸਾਨਾਂ ਲਈ 6,000 ਰੁਪਏ ਤੱਕ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਆਉਣਗੇ ਅਸੀਂ ਇਹ ਰਿਕੁਐਸਟ ਕਰਦੇ ਹਾਂ ਵੀ ਕਿਸਾਨਾਂ ਨੂੰ ਕੋਈ ਲੌਂਗ ਟਰਮ ਸਰਕਾਰ ਨੂੰ ਪਾਲਿਸੀ ਬਣਾਉਣੀ ਚਾਹੀਦੀ ਹੈ ਜਿਹਦੇ ਨਾਲ ਕਿਉਂਕਿ ਕਿਸਾਨਾਂ ਦੀ ਹਾਲਤ ਬੜੀ ਖਰਾਬ ਹੈ ਪਰ ਇਹ ਛੋਟੇ ਛੋਟੇ ਸੋਪਸ ਦੇ ਕੇ ਇੱਕ ਆਪਾਂ ਟੈਂਪਰੇਰੀ ਪਰਪਸ ਸੋਲਵ ਕਰ ਰਹੇ ਹਾਂ ਅਤੇ ਸਾਡੀ ਇਹੀ ਸਾਰੀ ਇੰਡਸਟਰੀ ਦੀ ਜੋ ਆਬਜ਼ਰਵੇਸ਼ਨ ਹੈ ਵੀ ਕਿਸਾਨਾਂ ਦੀ ਕੰਡੀਸ਼ਨ ਇੰਪਰੂਵ ਕਰਨ ਲਈ ਕੋਈ ਲੌਂਗ ਟਰਮ ਪਾਲਿਸੀ ਚਾਹੀਦੀ ਹੈ ਬਾਕੀ ਇਨਕਮ ਟੈਕਸ 'ਤੇ ਹਾਲੇ ਤੱਕ ਕੋਈ ਛੋਟੇ ਮੋਟੇ ਜਿਹੜੇ 5 ਲੱਖ ਤੱਕ ਇਹਨਾਂ ਨੇ ਜਿਹੜੇ ਬਹੁਤ ਛੋਟੇ ਇਨਕਮ ਟੈਕਸ ਪੇਅਰ ਹੈ ਉਹਨਾਂ ਨੂੰ ਕੁਛ ਐਡਵਾਂਟੇਜ ਹੋਏਗਾ ਜਿਹੜੀ 5 ਲੱਖ ਦੀ ਇਨਕਮ ਟੈਕਸ ਦੀ ਛੋਟ ਦਿੱਤੀ ਗਈ ਹੈ ਉਹਦਾ ਅਸੀਂ ਵੈਲਕਮ ਕਰਨੇ ਹਾਂ ਲੇਕਿਨ ਐਕਸਪੋਰਟਰਸ ਔਰ ਇੰਪੋਰਟਰਸ ਵਾਸਤੇ ਕੋਈ ਵੀ ਸਕੀਮ ਇਸ ਬਜਟ 'ਚ ਨਹੀਂ ਦਿੱਤੀ ਗਈ ਉਹ ਅੱਛਾ ਕਦਮ ਨਹੀਂ ਹੈ ਮੋਦੀ ਸਰਕਾਰ ਦਾ ਔਰ ਕੁਛ ਇਹਨਾਂ ਨੇ ਬੈਂਕਸ ਦੇ ਜਿਹੜੇ ਪੈਨਸ਼ਨਰਸ ਨੇ ਉਹਨਾਂ ਦੀ 20,000 ਤੱਕ ਦਾ TDS ਨਹੀਂ ਦੇਣਾ ਪੈਂਦਾ ਸੀ ਉਹ 40,000 ਤੱਕ ਦਾ ਕੀਤਾ ਗਿਆ ਉਹਦਾ ਵੀ ਅਸੀਂ ਵੈਲਕਮ ਕਰਨੇ ਹਾਂ ਲੇਕਿਨ ਅਸੀਂ ਹੋਰ ਵੀ ਐਕਸਪੈਕਟੇਸ਼ਨਸ ਰੱਖਨੇ ਆ ਇੰਡਸਟਰੀ ਵਾਸਤੇ ਜਿੱਦਾਂ ਰੇਟ ਆਫ ਇੰਟਰਸਟ ਜੋ ਚੱਲਦਾ ਹੈ ਲੋਨ ਵਗੈਰਾ ਜਾਂ CC ਅਕਾਊਂਟ 'ਤੇ ਉਹ ਬਹੁਤ ਘੱਟ ਹੋਣਾ ਚਾਹੀਦਾ ਅਭੀ ਆਪਣੇ ਜੋ ਬਜਟ ਦੇਖਾ ਹੈ ਇਸ ਬਜਟ ਮੇ ਕਿਸਾਨ ਕੇ ਲਈ ਸਰਕਾਰ ਨੇ ਕਾਫੀ ਛੂਟ ਦੀ ਹੈ ਅਭੀ ਆਪਣੇ ਦੇਖਾ ਹੈ ਜੋ 2 ਹੈਕਟੇਅਰ ਸਿੱਕਮ ਦੇ ਵਿੱਚ ਜੇਕੇ ਪਾਸ ਹੈ ਉਹਦੇ ਅਕਾਊਂਟ ਮੇ 6,000 ਰੁਪਏ ਪਰ ਈਅਰ ਡਾਇਰੈਕਟ ਟ੍ਰਾਂਸਫਰ ਹੋ ਜਾਏਗਾ ਜੋ ਕਿਸਾਨ ਕੇ ਲਈ ਬਹੁਤ ਬੜੀ ਸਫਲਤਾ ਹੈ ਜੋ ਪਹਿਲੇ ਕਦੇ ਨਹੀਂ ਹੋਈ ਔਰ ਇੰਡਸਟਰੀ ਕੇ ਲਈ ਵੀ ਦੇਖਾ ਹੈ ਆਪਣੇ ਅਭੀ ਜੋ ਸਮਾਲ ਸਕੇਲ ਇੰਡਸਟਰੀ ਹੈ ਪਹਿਲੇ 20% ਟੈਕਸ ਇਨਕਮ ਟੈਕਸ ਲੱਗਦਾ ਆ ਗਿਆ ਉਹ 25% ਇਨਕਮ ਟੈਕਸ ਦਿਨਾ ਰਹੇ ਹੈ ਆ ਰਹੀ ਹੈ ਇੰਡਸਟਰੀ ਕੇ ਲਈ ਵੀ ਇੱਕ ਅੱਛਾ ਬਜਟ ਹੈ ਅਸੀਂ ਅੱਜ ਇੱਥੇ CICU ਵੱਲੋਂ ਅਰੇਂਜ ਕੀਤੇ ਬਜਟ ਸੈਸ਼ਨ ਦੇਖਣ ਵਾਸਤੇ ਆਏ ਹੋਏ ਹਾਂ ਤਕਰੀਬਨ ਲੁਧਿਆਣਾ ਦੇ ਜਿੰਨੀਆਂ ਇੰਡਸਟਰੀ ਐਸੋਸੀਏਸ਼ਨਸ ਨੇ ਉਹਨਾਂ ਦੇ ਪ੍ਰੈਜ਼ੀਡੈਂਟ ਇੱਥੇ ਆਏ ਹੋਏ ਨੇ ਅਤੇ ਹੋਰ ਵੀ ਕਾਫੀ ਮੀਡੀਆ ਤੋਂ ਵੀ ਬੰਦੇ ਆਏ ਹੋਏ ਨੇ ਸਾਰੇ ਡਿਸਕਸ਼ਨ ਕਰਨ ਵਾਸਤੇ ਵੀ ਜਿਹੜਾ ਬਜਟ ਅਨਾਊਂਸ ਹੋ ਰਿਹਾ 2019 ਦਾ ਇਹਦੇ ਵਿੱਚ ਕਾਫੀ ਡਿਬੇਟਸ ਮਿਲ ਰਹੀਆਂ ਲੇਟੈਸਟ ਜਿਹੜੀ ਇਹਨਾਂ ਨੇ ਨਿਊਜ਼ ਦਿੱਤੀ ਹੈ ਵੀ ਅਪ ਟੂ 5 ਲੱਖ ਇਨਕਮ ਟੈਕਸ ਬਿਲਕੁਲ ਫ੍ਰੀ ਹੋਊਗਾ ਜਿਹੜਾ ਪਹਿਲਾਂ 2.5 ਲੱਖ ਤੱਕ ਸੀ ਉਹ ਡਬਲ ਕਰਕੇ 5 ਲੱਖ ਕਰ ਦਿੱਤਾ ਗਿਆ ਅਤੇ ਇਹ ਬੜੀ ਅੱਛੀ ਗੱਲ ਹੈ ਇੱਕ ਆਮ ਨਾਗਰਿਕ ਵਾਸਤੇ ਇਹਦਾ ਬੜਾ ਹੀ ਤਕਲੀਫ ਮਿਲੂਗਾ ਅਤੇ ਹੋਰ ਬਾਕੀ ਸੈਸ਼ਨ ਚੱਲ ਰਹੇ ਆ ਉਹ ਦੇਖਦੇ ਹਾਂ ਅਸੀਂ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਵਿਕਾਸ ਦੇ ਨਾਲ ਫੋਕਸ .ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼